यार मेरी गल सुन, मेरा ना यार मन बहुत उदास होया पे। मैं सोचदा आपां भूआ हुणां नूं स्पॉन्सरशिप पा दिंदे आ। भूआ यार पिंदे ते पाली दी भी पाई दिंदे आ आपां। अच्छा शिंद्रो भूआ दी गल करदे आ। हां यार पता की आ, छोटे हुंदे भूआ हुणां ने मेरा बहुत ख्याल रख्या, उहनां नाल मेरा प्यार भी बहुत आ। ठीक है जिवें तुहानूं ठीक लगदा। चल फिर एवें कर, मेरा पासपोर्ट दे मैनूं, मैं अज वकील कोल जाना। ठीक है दे दिंदे आ। ठीक है प्रीत। हाँ जी। ओह भूआ जी हुणी आ रहे ने ते उहनां दा वीजा लग गया। भूआ जी हुणी मतलब किन्ने जाने? ओ यार मैं सोचा पाली ते पिंदे नूं वी स्पॉन्सरशिप भेज दां, फिर ते भूआ जी हुणां नाल उहनां दा ही वीजा लग गया। हाँ ते चल तू तैयारियां तुरियां कर, मैं उन्होंने लेके आना एयरपोर्ट। ठीक है। हाय 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 तू मुंडिया दमन, इतने तो ठंड ही बहुत है, उधर मेरे साले भी अग वर्दी है। हाय 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 ग्लैंड। ਓਏ ਹਾਂ ਕਮਾਲ ਦੀ ਗੱਲ ਹੈ, ਇਹਨਾਂ ਦੇ ਵਿਹੜੇ ਨਹੀਂ ਹੈਗੇ ਕਾਰਾਂ ਬਾਹਰ ਹੀ ਲਾ ਕੇ। ਨਹੀਂ ਫੁੱਫੜ ਜੀ ਇੱਥੇ ਵਿਹੜੇ ਵੁੜੇ ਨਹੀਂ ਹੁੰਦੇ ਹੈਗੇ, ਇੱਥੇ ਪਾਰਕਿੰਗ ਆਉਂਦੇ ਨੇ ਗੱਡੀਆਂ ਘਰਾਂ ਦੇ ਨਾਲ ਹੀ ਫੜਦੀਆਂ ਨੇ। ਅੱਛਾ ਇੰਨਾ ਕਿਹੜਾ ਮੁਸਕੀ ਯਾਰ ਕਮਾਲ ਆ। ਆ ਗਿਆ ਫੁੱਫੜ ਜੀ ਆਪਣਾ ਘਰ। ਅੱਛਾ ਆ ਘਰ ਆਪਣਾ, ਤਾਂ ਜਮਾ ਛੋਟਾ ਜਿਹਾ ਹੋਈ। ਇੰਨਾ ਭੀੜਾ ਘਰ ਕਮਾਲ ਕਰਦੇ ਤੂੰ। ਉਹ ਫੁੱਫੜ ਜੀ ਇੱਥੇ ਇਹੀ ਮਿਲ ਜਾਣੇ ਉਹ ਵੀ ਬਹੁਤ ਆ। ਉਹ ਕਮਾਲ ਆ, ਕਮਾਲ ਹੈ ਯਾਰ, ਇੰਨਾ ਭੀੜਾ ਘਰ ਉੱਤੇ ਐਡੇ ਐਡੇ ਖੁੱਲੇ ਘਰ। ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ ਜੀ, ਆਉਂਦੀ ਬਸਦੀ ਰਹਿ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਪੁੱਤ, ਕੀ ਹਾਲ ਹੈ? ਵਧੀਆ ਠੀਕ ਹੈ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਲੈ ਪੁੱਤ, ਅਰੇ ਲਿਆ ਆ ਟੇਸੀ ਕੇਸ ਲਿਆ। ਹਾਂ ਪੁੱਤ, ਦੇਸੀ ਘਿਓ ਦੇ ਬਿਸਕੁਟ ਨੇ, ਦੇਸੀ ਘਿਓ ਦੇ, ਆ ਲੈ ਰੱਖ ਦੇ। ਲੈ ਹੁਣ ਪਾਈ ਦੇ ਥੋੜੀ ਜਿਹੀ ਪਲੇਟ ਖਾ ਲੈਣੇ, ਭੁੱਖ ਲੱਗੀ ਪਈ ਹੈ। ਭੁੱਖ ਬਹੁਤ ਲੱਗੀ ਹੋਈ ਹੈ, ਰੋਟੀ ਬਣਾ ਦੀ ਸ਼ੇਰਾ। ਤੇਰੀ ਭੂਆ ਨੂੰ ਕੌਲੇ ਚ ਪਾ ਦੇ। ਕੋਈ ਗੱਲ ਨਾ ਫੁੱਫੜ ਜੀ, ਚਾਹ ਬਣੀ ਹੋਈ, ਪਹਿਲਾਂ ਤੁਸੀਂ ਚਾਹ ਪੀਓ। ਵੈਸੇ ਵੀ ਜਿਸ ਮੈਂ ਲਾਈਨ ਦੇ ਵਿੱਚ ਉਹਦੇ ਚ ਆਪਣੇ ਆਪ ਨੂੰ ਮੇਨਟੇਨ ਰੱਖਣਾ ਪੈਂਦਾ, ਮੈਂ ਆਪਣਾ ਭਾਰ ਹੀ ਨਹੀਂ ਵਧਣ ਦਿੰਦੀ ਭੂਆ ਜੀ। ਤੂੰ ਵਧਣ ਨਹੀਂ ਦੇਦੀ ਤੇ ਮੈਂ ਘਟਾਉਣ ਨਹੀਂ। ਤੈਨੂੰ ਤਾਂ ਸਾਰਾ ਇੰਗਲੈਂਡ ਲੱਗਿਆ ਪਿਆ। ਕੋਈ ਨਾ ਹੁਣ ਤੁਸੀਂ ਸਾਰੇ ਰੈਸਟ ਕਰੋ, ਆਪਾਂ ਕੱਲ ਚੱਲਾਂਗੇ ਘੁੰਮਣ।
ਲੈ ਭਾਈ ਸਾਨੂੰ ਤਾਂ ਸਾਡਾ ਕਮਰਾ ਦਿਖਾ ਦੇ ਅਸੀਂ ਤਾਂ ਆਰਾਮ ਕਰਨਾ ਮੇਰੇ ਤਾਂ ਸਿਰ ਤੇ ਕੰਨ ਬੰਦ ਹੋਏ ਪਏ ਨੇ ਜਹਾਜ਼ ਹੀ ਬੋਲੀ ਜਾਂਦਾ ਮੇਰੇ ਸਾਲੇ ਦਾ ਕੋਈ ਗੱਲ ਨਹੀਂ ਫੁੱਫੜ ਜੀ ਮੈਂ ਤੁਹਾਨੂੰ ਕਮਰਾ ਦਿਖਾਉਂਦੀ ਹਾਂ ਚਾਹ ਪੀ ਲਓ ਚਾਹ ਬਸ ਪੀ ਲਈ ਲੈ ਧਰ ਦੇ ਭਾਈ ਮੈਂ ਤਾਂ ਪੀ ਲਈ ਲੈ ਮੈਨੂੰ ਸਾਡਾ ਕਮਰਾ ਚਲੋ ਤੁਸੀਂ ਫੁੱਫੜ ਜੀ ਕਰੋ ਰੈਸਟ ਮੈਂ ਤੁਹਾਨੂੰ ਕੱਲ ਮੈਂ ਘਮਾਉਣਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਆਹੀ ਪਾਇਆ ਹੋਇਆ ਇਹਨਾਂ ਨੇ ਕਿਹੋ ਜਿਹਾ ਜਲੂਸ ਕੱਢਿਆ ਹੋਇਆ ਵਾ ਮੁੰਡੇ ਨੇ ਕੁੜਤੀ ਪਜਾਮੇ ਪਾਇਆ ਤੇ ਚੱਲ ਫੇਰ ਕੀ ਹੋ ਗਿਆ ਫੁੱਫੜ ਨੇ ਹਾਏ ਹਾਏ ਮੋਢਿਆਂ ਤੇ ਪੇਟੀ ਰੱਖੀ ਹੋਈ ਸੀ ਮੋਢਿਆਂ ਦੇ ਉੱਪਰ ਕਿਹੋ ਜਿਹਾ ਜਲੂਸ ਕੱਢਿਆ ਹੋਇਆ ਵਾ ਸਾਡਾ ਸਾਡੀ ਰੈਪੂਟੇਸ਼ਨ ਖਰਾਬ ਕਰਨਗੇ ਹਾਲੇ ਤੁਹਾਡੇ ਦੇ ਲੋਕੀ ਸੋਚਣ ਉਹ ਚੱਲ ਕੋਈ ਨਾ ਇਹਨਾਂ ਨੂੰ ਨਹੀਂ ਪਤਾ ਹੈ कपड़े बदलो फिर चलते घूम चलो ठीक है ना ਤੁਸੀਂ ਦੇਖਦੇ ਜਾਓ ਗੋਰੀਆਂ ਕਾਲੀਆਂ ਮੇਮਾਂ ਨੇ ਮੈਨੂੰ ਇਹ ਦੇਖਣਾ ਬਾਪੂ ਬੇਇੱਜ਼ਤੀ ਨਾ ਕਰਾਈ ਉੱਥੇ ਤੂੰ ਲਫੜਾ ਮਾਰੂ ਸੜੇ ਦੇ ਸੋਲਾ ਬਣ ਰਹਿਣ ਦੇ ਪੁੱਤ ਮੈਂ ਵੇਨੀ ਕਿੱਦਾਂ ਇਹਨੂੰ ਕੋਈ ਚੰਬੜ ਦੀ ਚੋੜੇ ਚੋਰੇ ਨੂੰ ਉਹ ਹਾਂ ਵੀ ਤਿਆਰ ਹੋ ਸਾਰੇ ਅਸੀਂ ਤਾਂ ਤਿਆਰ ਆ ਬਸ ਕੱਪੜੇ ਬਦਲਣ ਵਾਲੇ ਰਹਿ ਗਏ ਚਲੋ ਬਦਲੋ ਕੱਪੜੇ ਕੱਪੜੇ ਬਦਲਦੇ ਆ ਜੋ ਓਹੋ ਤੂੰ ਪਤਾ ਚਿੰਬੜੀ ਜਾਨੀ ਹੈ ਪਰਾ ਰਹਿ ਗਾ ਮੈਨੂੰ ਵੀ ਤੈਨੂੰ ਚੰਬੜਨ ਦਾ ਸ਼ੌਕ ਨਹੀਂ ਮੈਂ ਤੇ ਸੋਚਿਆ ਕਿੰਨੇ ਸੋਹਣੇ ਲੱਗਦੇ ਤੁਰੇ ਜਾਂਦੇ ਮੈਂ ਵੀ ਇੰਗਲੈਂਡ ਵਿੱਚ ਜਾ ਕੇ ਫੀਲਿੰਗ ਜੀ ਲੈ ਲਾਂ ਚਲ ਲੱਗਦੀ ਫੀਲਿੰਗ ਦੀ ਚਲ ਉਹ ਲੰਘੇ ਕਹਾ ਲੰਘੇ ਆ ਜਾ ਆ ਜਾ ਲੈ ਮੁੰਡਿਓ ਈ ਆ ਹਾ ਉਹ ਚੰਬੜਿਆ ਮਾਹੌਲ ਦੇ ਕੁੜੀਆਂ ਉਹ ਗੋਰੀਆਂ ਸੋਹਣਾ ਯਾਰ ਲੱਗਦੇ ਆ ਸੋਹਣੀਆਂ ਸੋਹਣੀਆਂ ਹੈ ਆ ਯਾਰ ਆ ਗਿਆ ਵੇਖ ਕੇ बुरी नी बनी हुई इंग्लैंड है गरीब लोग जो पढ़ लिख लेंगे पता होना चाहिए ठीक है चलो मैं बर्गर ऑर्डर करके बापू की करता बड़ी बंब है हड़ता ही नहीं है जवाब देगा मेनू समझ नहीं आंदी पे मैं की करा लै भाभी तू केड़ी गल दी टेंशन ले जानी है आपां सारी उम्र कीता की आ भंगड़ा तो पाया चक दांगे फटा टेंशन ना लै ਬਸ ਵਧੀਆ ਦੱਸੋ
ਕਿਹਲੀ ਕੱਲ ਦਾ ਮੇਰਾ ਸ਼ੋਅ ਆ ਹਾਂ ਆਪਣੇ ਕੋਲ ਸਿਰਫ 3 ਜਣੇ ਆ ਮੈਨੂੰ ਇੱਕ ਹੋਰ ਚਾਹੀਦਾ ਭੰਗੜੇ ਵਾਸਤੇ ਮੁੰਡਾ ਤੂੰ ਕਰ ਸਕਦਾ ਦੇ ਜਿਹੜੀ ਗੱਲ ਆ ਮੈਂ ਤੇ ਕੁੜੀ ਇਕੱਠੇ ਹੀ ਪਾਉਂਦੇ ਰਹੇ ਆ ਭੰਗੜਾ ਮੈਂ ਹੁਣੇ ਕਰ ਲੈਣਾ ਉਹਨੂੰ ਕਾਲ ਕਰਕੇ ਦੇਖ ਕੀ ਕਹਿੰਦਾ 1 ਮਿੰਟ ਵੇਟ ਕਰ ਹੈਲੋ ਹੈਲੋ ਹਾਂ ਗੁਰੀ ਕਿੱਦਾਂ ਠੀਕ ਆ ਗੱਲ ਹੀ ਤੇ ਯਾਰ ਮੈਂ ਨਾ ਜਿੱਦਾਂ ਤੈਨੂੰ ਕਹਿਣਾ ਚਾਹੁੰਦਾ ਸੀਗਾ ਕਿ ਆਪਣੀ ਭੈਣ ਜੀ ਨੂੰ ਨਾ ਇੱਕ ਅੱਗੇ ਮੁੰਡੇ ਦੀ ਲੋੜ ਆ ਉੱਥੇ ਭੰਗੜੇ ਵਾਸਤੇ ਤੇ ਆਪਾਂ ਤਾਂ ਤੈਨੂੰ ਪਤਾ ਹੀ ਆ ਸਿੱਖ ਹੀ ਲਵਾਂਗੇ ਇੱਕ ਦਿਨ ਦੇ ਵਿੱਚ ਤੇ ਕੱਲ ਨੂੰ ਉਹਨਾਂ ਦਾ ਸ਼ੋਅ ਆ ਤੂੰ ਆ ਸਕਦਾ ਆ 1 ਘੰਟੇ ਦੇ 20 ਪਾਉਂਡ ਮਿਲਨੇ ਆ ਯਾਰ ਨਾ ਮੇਰਾ ਨਾ ਡੈਡੀ ਠੀਕ ਆ ਤੇ ਨਾ ਮੈਂ ਠੀਕ ਆ ਤੇ ਮੈਂ ਤੁਲੋਂ ਜਾ ਨਹੀਂ ਹੁਣਾ ਯਾਰ ਅੱਛਾ ਦੇਖ ਲੈ ਯਾਰ ਮਰਜ਼ੀ ਆ ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ ਨਹੀਂ ਯਾਰ ਮੈਂ ਆਪਣੀ ਥਾਂ ਤੇ ਨਾ ਹੋਰ ਕੋਈ ਬੰਦਾ ਭੇਜ ਦਿੰਦਾ ਵਾ ਹਾਂ ਤੇ ਮੇਰੇ ਕੋਲੋਂ ਉਹ ਨਹੀਂ ਆ ਹੋਣਾ ਚੱਲ ਠੀਕ ਆ ਫਿਰ ਓਕੇ ਓਕੇ ਕੀ ਕਹਿੰਦਾ ਚੱਪੋ ਕਰ ਕੋਈ ਨਾ ਮੈਂ ਇੱਕ ਮੁੰਡੇ ਨੂੰ ਹੋਰ ਨੂੰ ਲਾਉਣਾ ਪਊਗਾ ਹੁਣੇ ਮੰਨ ਨਹੀਂ ਆਣਾ ਛੇਤੀ ਹੈਲੋ ਹਾਂਜੀ ਕੀ ਹਾਲ ਭਾਜੀ ਗੌਰਵ ਹੋਰ ਠੀਕ ਠਾਕ ਹੋ ਤੇ ਆਪਣਾ ਯਾਰ ਕੱਲ ਨੂੰ ਸ਼ੋਅ ਆ ਤੇ ਆਪਾਂ ਅੱਜ ਹੀ ਭੰਗੜਾ ਤਿਆਰ ਕਰਕੇ ਆਪਦਾ ਤੇ ਕੱਲ ਨੂੰ ਉੱਥੇ ਪਰਫਾਰਮ ਕਰਨਾ ਹਾਂ 1 ਘੰਟੇ ਦੇ 20 ਪਾਉਂਡ ਮਿਲਦੇ ਆ ਹਾਂ ਪਲੀਜ਼ ਯਾਰ ਇਹਨਾਂ ਜ਼ਰੂਰ ਲੋੜ ਆ ਤੇਰੀ ਦੀ ਤੇ ਵੀਰ ਬਣ ਕੇ ਕੱਲ ਨੂੰ ਆਈ ਚੱਲ ਓਕੇ ਫਿਰ ਹੈ ਡਨ ਠੀਕ ਹੈ ਹੁਣ ਤੁਸੀਂ 4 ਜਾਣੇ ਹੋ ਗਏ ਮੈਂ ਆਪਣੇ ਕੋਰੀਓਗ੍ਰਾਫਰ ਸਿਮਰਨਜੀਤ ਨੂੰ ਫੋਨ ਕਰਦੀ ਹਾਂ ਉਹ ਮੇਰੇ ਗੀਤ ਦੇ ਮੁਤਾਬਕ ਤੁਹਾਨੂੰ ਚਾਰਾਂ ਨੂੰ ਪ੍ਰੈਕਟਿਸ ਕਰਵਾ ਦੂਗਾ ਹਾਂ ਹਾਂ ਕੋਈ ਚੱਕਰ ਨਹੀਂ ਓਕੇ ਬਣ ਠੀਕ ਹੈ ਓਕੇ ਠੀਕ ਹੈ ਜੀ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂਜੀ ਸਿਮਰਨ ਜੀ ਕੀ ਹਾਲ ਹੈ ਠੀਕ ਹੈ ਹਾਂਜੀ ਆ ਮੈਨੂੰ ਹਨਾ ਤੁਹਾਡੇ ਨਾਲ ਮੈਂ ਗੱਲ ਕਰਨੀ ਸੀਗੀ ਮੈਂ ਕਿਹਾ ਤੁਸੀਂ ਜੇ ਸਾਡੇ ਕੱਲ ਦੇ ਸ਼ੋਅ ਦੀ ਪ੍ਰੈਕਟਿਸ ਕਰਵਾ ਦਿੰਦੇ ਮੈਂ ਆ ਗਿਆ ਕਿ ਇੱਧਰ ਆ ਗਿਆ ਮੈਡਮ ਠੀਕ ਆ ਠੀਕ ਹੈ ਮਿਲਦੇ ਆ ਓਕੇ ਠੀਕ ਹੈ ਬਾਏ 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 ਓਕੇ ਵੇ ਪੁੱਤ ਦਮਨ ਉੱਠ ਜਾਵੇ ਪੁੱਤ ਚਾਹ ਬਣਾਈ ਆ ਪੀ ਲੈ ਵੇ ਫੇਰ ਤੂੰ ਸਾਰਾ ਦਿਨ ਗੇੜੇ ਮਾਰਦਾ ਰਹਿੰਦਾ ਦਮਨ ਉੱਠ ਪੁੱਤ ਚਾਹ ਪੀ ਲੈ ਮੈਂ ਚਾਹ ਬਣਾਈ ਮੈਂ ਕਿਹਾ ਮੇਰੇ ਪੁੱਤ ਨੇ ਬਾਅਦ ਚ ਕੰਮ ਤੇ ਚਲ ਜਾਣਾ ਵਾ ਭੂਆ ਨਾ ਬਹਿ ਕੇ 2-4 ਗੱਲਾਂ ਹੀ ਮਾਰ ਲੈ ਪੁੱਤ ਕੋਈ ਚੱਕਰ ਨੀ ਪਹਿਲਾਂ ਆਪਾਂ ਕੈਲੀ ਨੂੰ ਕਾਲਜ ਛੱਡਾਂਗੇ ਫਿਰ ਮੈਂ ਤੁਹਾਨੂੰ ਆਪਣੇ ਨਾਲ ਫੈਕਟਰੀ ਲੈ ਜਾਵਾਂਗਾ ਚਲੋ ਹੋ ਜਾਓ ਤਿਆਰ ਫਿਰ ਚਲੋ ਠੀਕ ਆ ਚਲੋ ਤੁਸੀਂ ਆਜੋ ਫਿਰ ਮੈਂ ਕਰਦਾ ਤੁਸੀਂ ਮੇਰੇ ਨਾਲ ਕੰਮ ਤੇ ਚੱਲਿਆ ਕਰਿਓ ਚਲੋ ਆਜੋ ਲੱਕ ਦੋਰਾ ਹੁਣ ਬਚ ਗਿਆ ਕੰਮ ਤਾਂ ਸੌਖਾ ਬਾਈ ਤੂੰ ਮੇਰੀ ਗੱਲ ਕੱਟ ਮੇਰੀ ਗੱਲ ਸੁਣ ਯਾਰ ਸਾਡਾ ਪੱਕੇ ਪੱਕੇ ਹੋਣ ਦਾ ਜਗਾੜ ਕਰਦੇ ਕਿਤੇ ਹੁਣ ਵਿਆਹ ਵੀ ਕਰਾ ਦੇ ਤੁਹਾਨੂੰ ਅਨਪੜ੍ਹਾਂ ਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਪਹਿਲਾਂ ਚੁੱਪ ਕਰਕੇ ਕੰਮ ਕਰ ਲਓ ਆਪਦੀ ਮਿਹਨਤ ਨਾਲ ਵਿਆਹ ਕਰਾਇਓ ਕੋਈ ਪੱਕੇ ਪੁੱਕੇ ਰੰਗ ਦੀ ਲੱਭ ਦੇ ਕੋਈ ਨਾ ਲੱਭ ਦੂੰਗਾ ਪਹਿਲਾਂ ਕੰਮ ਕਰ ਲਓ ਵਿਆਹ ਦੇ ਅੰਗਰੇਜ਼ਾਂ ਦੀਆਂ ਧੀਆਂ ਭੈਣਾਂ ਇਹਦੇ ਅੰਦਰ ਕੀ ਕਰਨ ਜਾਂਦੀਆਂ ਮੈਨੂੰ ਸਮਝ ਨਹੀਂ ਆਉਂਦੀ ਹਾਂ
ਜਲੀ ਵਾਲੇ ਬਾਗ ਦਾ ਬਦਲਾ ਲੈਣਾ। ਕੀ ਅੰਤਰ ਹੈ ਕੀ? ਮੈਂ ਵੀ ਮੈਂ ਗਿਆ ਅੱਜ ਤਾਂ ਨਾ ਅੰਦਰ ਵੜ ਕੇ ਗੋਰੀਆ ਨਾਲ ਨਜ਼ਾਰੇ ਲੈਂਦੇ ਆ। ਇੱਥੇ ਮੈਨੂੰ ਲੱਗਦਾ ਕੋਈ ਨੱਚਣ ਗਾਉਣ ਦਾ ਪ੍ਰੋਗਰਾਮ ਹੈ। ਬਹਿ ਜਾਂਦਾ ਹਾਏ ਹਾਏ ਖੜੀ ਹੈ ਗੱਲ ਕਰਦੇ ਆ। ਹੈਲੋ ਹਾਊ ਆਰ ਯੂ? ਆਈ ਐਮ ਗੋਇੰਗ ਟੂ ਦਾ ਪੰਜਾਬ ਤੋਂ ਆਇਆ। ਮਾਈ ਨੇਮ ਹੈਗਾ ਮਹਿੰਗਾ ਸਿੰਘ, ਆਈ ਮੀਨਸ ਮਹਿੰਗਾ। ਆਈ ਟ੍ਰਸਟਿਕ ਨੋ ਲੀਵ ਫੋਰ ਦੈਟ ਮੀ ਕਿ ਫੋਰ ਵਾਟ ਆਈ ਸਪੀਕ ਇਨ ਦਾ ਇੰਗਲਿਸ਼ ਆਈ ਸਮਾਰ ਸਮਾਰ ਲੀਵ। ਬਸ ਕਰ, ਕਦੋਂ ਦਾ ਬੋਲੀ ਜਾਂਦਾ ਭੌਂਕੀ ਜਾਂਦਾ ਪੰਜਾਬੀ ਆ। ਸਿੱਧਾ ਦੱਸ, ਉਹ ਸ਼ਕਲ ਤੋਂ ਲੱਗਦਾ ਉਹ ਤੂੰ ਪੰਜਾਬਣ ਹੈ। ਹੋਰ ਕੀ ਦਾ, ਮੈਂ ਇੰਨਾ ਉਹੀ ਦਿਮਾਗ ਤੇ ਲੋੜ ਪਾਇਆ, ਦਿਮਾਗ ਖਰਾਬ ਕਰਿਆ, ਆਤਾ ਗੱਲ ਬਣ ਗਈ। ਚੱਲ ਫਿਰ ਪੜਿਆ ਕੇ ਪੀਨੇ ਆਪਾਂ। ਮੇਰੀ ਗੱਲ ਸੁਣ, ਨੰਬਰ ਕੀ ਹੈ ਤੇਰਾ ਇੱਧਰ ਲਾ। I say your number. ਤੂੰ ਕੀ ਕਰਨਾ ਮੇਰਾ ਨੰਬਰ? ਮੈਂ ਗੱਲਾਂ ਬਾਤਾਂ ਕਰਨੀਆਂ ਨੇ। ਮੈਂ ਤਾਂ ਬਸ ਮੈਂ ਦੁਖੀ ਆ। ਮੇਰੇ ਜਿਹੜੇ ਘਰ ਆਲੇ ਤੇ ਉਹ ਮੈਨੂੰ ਛੱਡ ਕੇ ਚਲੀ ਗਈ। ਨਿੱਕੇ ਨਿੱਕੇ ਜਵਾਕ ਨੇ, ਉਹਨਾਂ ਵਾਸਤੇ ਮੈਂ ਮੇਮ ਲੱਭਦਾ ਫਿਰਦਾ। ਮੇਮ ਗੋਰੀ ਸੋਹਣੀ ਸੋਹਣੀ ਚਿੱਟੀ ਚਿੱਟੀ ਜਿਹੜੀ ਕਿ ਤੇਰੇ ਵਰਗੀ। ਉਹ ਬੈਠੀਆਂ ਬਥੇਰੀਆਂ ਗੋਰੀਆਂ, ਦੇਖ ਲਾ। ਉਹਨਾਂ ਨੂੰ ਮੇਰੀ ਸਮਝ ਨਹੀਂ ਆਉਂਦੀ, ਮੈਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਹੈਗੀ। ਆਹ ਤਾਂ ਰੱਬ ਨੇ, ਸ਼ੁਕਰ ਕਰੋ ਵੀ ਰੱਬ ਨੇ ਨਾ ਮੈਨੂੰ ਪੰਜਾਬੋਂ ਨੇ ਟਕਰਾਤੀ ਇੱਕ ਟਕਰਾਤੀ ਮੇਰਾ ਮਤਲਬ ਮੇਲ ਕਰਾਤਾ। ਮੇਰੇ ਸੋਹਣੀ ਜਿਹੀ ਕੁੜੀ ਦੇ ਨਾਲ ਮੇਲ ਕਰਾ ਦੇ, ਇਹ ਪੜਿਆ ਲੈ ਮੇਰੇ ਨਾਲ। ਦੇਖੋ ਮੇਰੀ ਗੱਲ ਸੁਣੋ, ਮੈਨੂੰ ਐ ਨਾ ਕਰੋ। ਹੱਸਦੇ ਆ ਗੋਰੇ ਦੇਖ ਦੇਖ ਕੇ। ਪਹਿਲਾਂ ਦੱਸਾਂ ਕੀ ਪਾ ਕੇ ਆ ਗਿਆ? ਇਹ ਸਾਡਾ ਸੱਭਿਆਚਾਰ ਪ੍ਰੋਗਰਾਮ ਹੈ, ਸੱਭਿਆਚਾਰ ਪਾਉਂਦੇ ਹਾਂ ਅਸੀਂ। ਮਲਵਈ ਆ, ਉੱਧਰੋਂ ਆਇਆ ਅਸੀਂ ਸੰਗਰੂਰ ਏਰੀਏ। ਸਾਡਾ ਨੀ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ। ਬੜੇ ਹਾਲ ਹੈ, ਤੇਰਾ ਦਿਲ ਤਾਂ ਕਰਦਾ ਪੱਲੇ ਪੈ ਗਿਆ। ਇਨਕਮਿੰਗ, ਵੇਟ, ਇਨਕਮਿੰਗ, ਦਫਾ ਹੋ। ਓਏ ਫੂਕ ਦੂ ਗੁਆਂਢੀਆਂ ਨੂੰ, ਅੱਗ ਲਾ ਕੇ ਫੂਕ ਦੂ ਲੰਡਨ ਸ਼ਹਿਰ ਨੂੰ। One more, one more, one more, one more. ਮੇਰੇ ਸਾਲੇ ਦੀ ਚੜ੍ਹਦੀ ਨੀ ਹੈਗੀ ਕਹੀ ਜੀ, ਘਟੀਆ ਦਾਰੂ ਹੈ ਨਾ ਗੋਰਿਆਂ ਦੀ, ਲੰਘ ਜੀ ਨੀ। ਚੱਲ ਬਈ ਬਹਿ ਗਿਆ, ਟਰਾਈਆਂ ਜਾਰੀ ਰੱਖ। ਨੇਮ ਕਿਉਂ ਨਹੀਂ ਆਈ ਕੋਈ? ਜਣਾ ਖਾ ਮੇਰਾ ਸਾਰਾ ਕੁੱਤਾ ਲਈ ਵਰਗਾ ਤੇ ਕੁੱਤੇ ਕੁੱਤਾ ਕੁੱਤੇ ਤੇ ਕੁੱਤਾ ਕੁੱਤੇ ਤੇ ਕੁੱਤਾ ਕੀ ਕਾਲ ਪੈ ਗਿਆ ਅੱਜ ਇੱਧਰ ਮੇਰਾ ਸਾਰਾ ਬੰਦਾ ਤੁਰਿਆ ਆ ਰਿਹਾ। ਗੋਰਾ ਗੋਰਾ ਗੋਰੀ ਅੱਜ ਕੋਈ ਨਜ਼ਰ ਹੀ ਨਹੀਂ ਆ ਰਹੀ। ਵੀਰਾਂ ਪੀ ਜਾਂਦੇ ਨੇ ਫਿਰ ਤੁਰੀ ਫਿਰੀ ਜਾਂਦੇ ਨੇ, ਵੀਰਾਂ ਪੀ ਜਾਂਦੇ ਨੇ ਢਿੱਡ ਵਧਾ ਕੇ ਫਿਰ ਸ਼ੈਰ ਕਰਦੇ ਨੇ। ਨਾਲੋਂ ਘਰ ਦੀ ਕੱਢ ਕੇ ਪੀਓ। ਹਾਏ ਉਹ ਵੀ ਹੁਣ ਕੀ ਕਰਨਾ? ਹਾਏ 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 ਪਿੰਡੂ ਤੁਸੀਂ ਇੱਥੇ, ਤੁਸੀਂ ਤੂੰ ਕਮਾ ਦੀ ਗੱਲ, ਬੈਠੋ ਬੈਠੋ। ਉਹ ਦੇਖ ਲੈ ਕਿਸਮਤ, ਦੇਖ ਲੈ ਆਪਣੀ ਵਾਰ ਵਾਰ ਟਕਰਾ ਰਹੀ ਹੈ। ਕਿਤੇ ਕਿਸਮਤ ਆਪਣੀ ਓਦਾਂ ਟਕਰਾ ਜੇ। ਡਾਕਟਰ ਕੋਲ ਜਾ ਜਿਹਦੇ ਨਾਲ ਤੇਰੀਆਂ ਅੱਖਾਂ ਚਾਰ ਹੋ ਜਾਣ। ਮੇਰੀ ਗੱਲ ਸੁਣ, ਮੇਰੇ ਨਾਲ ਵਿਆਹ ਕਰਾਏਂਗੀ? ਉਹਦੇ ਲਈ ਮੈਨੂੰ ਥੋੜਾ ਟਾਈਮ ਚਾਹੀਦਾ। ਨਹੀਂ, ਮੈਂ ਤਾਂ ਹੋਰ ਸਬਰ ਨਹੀਂ ਹੁੰਦਾ, ਮੈਨੂੰ ਨੀਂਦ ਨਹੀਂ ਆਉਂਦੀ, ਭੁੱਖ ਵੀ ਨਹੀਂ ਲੱਗਦੀ। ਪਲੀਜ਼ ਮੈਨੂੰ ਨਾ ਨਾ ਕਰਿਓ। ਪਹਿਲਾਂ ਤੂੰ ਐਂ ਦੱਸ, ਪੇਪਰ ਪੂਪਰ ਹੈਗੇ ਕਿ ਪੱਕੇ ਹੋਣ ਲਈ ਕਰਾਉਣਾ? ਨਹੀਂ, ਜੇ ਤੁਸੀਂ ਕਹਿੰਦੇ ਹੀ ਆ ਕਿ ਮੈਂ ਪੱਕੇ ਹੋਣ ਲਈ ਨਹੀਂ ਕਰਨਾ ਤੇ ਫਿਰ ਮੈਂ ਚਾਂਸ ਦੇ ਦਿੰਦੀ। ਮੈਨੂੰ ਪੱਕੇ ਪੁੱਕੇ ਦੀ ਕੋਈ ਲੋੜ ਨਹੀਂ, ਮੈਨੂੰ ਤਾਂ ਬਸ, ਮੈਂ ਤਾਂ ਤੁਹਾਡੇ ਦਿਲ ਦੇ ਵਿੱਚ ਪੱਕਾ ਹੋਣਾ ਚਾਹੁੰਦਾ। ਪੱਕਾ ਇਹਦਾ ਮਤਲਬ ਫਿਰ ਮੈਂ
ਰਿਸ਼ਤੇ ਪੱਕੀ ਸਮਝਾ ਚਲ ਦੇਖ ਲੈਨੇ ਆ ਮੈਂ ਚੱਲਦੀ ਆ ਨਹੀਂ ਨਹੀਂ My sweetheart, come on, come on. My love. My house. Come on, darling. Hey, come here, my love. Oh, my sweetheart. Who is he? She's my gandhi lag. Bakku, ye kaun hai? Jide kare reh rahe ho, oh hai. Kaun? Oye, main vyah kara laya, teri mata mainu chhad ke bhagi, India. Oh, Pali. Ore, aa dekhde lakshan karda, buda. Hi. सारे पक्के हो गए ना बापू वे पक्का ही होना साडा करा दंदा पहला तुसी पक्के होंदे फिर कितने जाके मैं पक्का होंदा हुण मैं पक्का हो गया सारा कुछ पक्का ही पक्का है चलो अडाली चलो चलो अपनी मम्मी वास्ते कॉफी पिलाओ मेरे सारा जिन्हें करफ्यू लगे पे हों बस चाके फाके ले रहा सी डाली हुण एक ही मेम है वो तो मैनू पता है मेरी तो तू ही श्री देवी है तू ही हेलन है तू ही पूजा भट्ट है तू ही मेरी हेमा मलनी है नाले डार्लिंग आ हुण ना इंडिया वाले कपड़े पाउणे छड्ड देवो आ मंजे ते बहना बाहर छड्ड देवो तुसी हुण यूके है यूके अच्छा हुण मैं पेंट शर्ट पाया करा हां जी फिर फसण गया है नहीं नहीं मेरा मतलब मैं मजाक करदा तैनू कहता है भी तेरे बिना कोई नहीं मेरा इस यूके दे विच बस तू ही है मैं तेरा तू मेरी छड़ना जावी नी जित अलड़पणे विच लांजा तोड़ निभावी नी डाले इक तू होवे इक मैं होवा इक चरखे दी होवे गुज मित्रा तू कत पुनिया मेरे प्यार दिया मैं खेती जावा रुज मित्रा डाले मुझे क्या को मुझे प्यार है फिर चलूँगा ਮੇਮ ਮੇਰੀ ਵੀ ਕਿਸੇ ਤੋਂ ਘੱਟ ਨਹੀਂ ਹੋਏਗੀ ਆਏ ਹਾਏ ਪਤਾ ਲੱਗਾ ਕੁਛ ਕੀ ਹੋ ਗਿਆ ਲੈ ਫੁੱਫੜ ਨੇ ਵਿਆਹ ਕਰਾ ਲਿਆ ਦੂਜਾ ਉਹ ਨਹੀਂ ਨਹੀਂ ਮੈਂ ਨਹੀਂ ਮੰਨਦਾ ਇਹਦਾ ਫੁੱਫੜ ਨੇ ਕਰਾਇਆ ਜਿਹਦੇ ਨਾਲ ਕਰਵਾਇਆ ਹੈ ਨਾ ਇੱਟਾ ਵੱਡਾ ਘਰ ਆ ਉਹਦਾ ਫੇਰ ਕੀ ਆਪਾਂ ਵੀ ਇੱਥੇ ਜਾ ਕੇ ਰਹਾਂਗੇ ਲੈ ਤੂੰ ਤਾਂ ਫੁੱਫੜ ਤੇ ਉਹਨਾਂ ਦੇ ਮੁੰਡਿਆਂ ਨੂੰ ਤੂੰ ਗਾਲਾਂ ਕੱਢ ਕੇ ਭਜਾਦਾ ਸੀ ਹੁਣ ਤੈਨੂੰ ਕਿੱਥੇ ਵਾੜ ਲੈਣਗੇ ਉਹ ਫੇਰ ਕੀ ਹੋਇਆ ਤੇਰੀ ਤਾਂ ਮੰਨ ਲੈਣੀ ਆ ਉਹਨਾਂ ਨੇ ਚੱਲ ਮੈਂ ਦੇਖਦਾ ਮੈਂ ਗੱਲ ਕਰਕੇ ਦੇਖਣਾ ਨਹੀਂ ਆਪਾਂ ਚੱਲਦੇ ਆ ਫਿਰ ਠੀਕ ਹੈ ਬਹੁਤ ਵੱਡੇ ਨੇ ਉਹ ਠੀਕ ਹੈ ਵੱਡਾ ਘਰ ਹੈ ਬਹੁਤ ਵੱਡਾ ਬਿਜ਼ਨਸ ਹੈ ਨਾ ਚੱਲ ਮੈਂ ਪੁੱਛਦਾ ਫਿਰ ਤੁਸੀਂ ਕਰੋ ਕਰੋ ਉਹਨਾਂ ਦੇ ਨਾਲ ਕਰੋ ਠੀਕ ਹੈ ਯਾਰਾ ਫੁੱਫੜ ਦਾ ਫੋਨ ਤਾਂ ਬੰਦ ਆਈ ਆਉਂਦਾ ਤੇਰੇ ਕੋਲ ਐਡਰੈਸ ਹੈਗਾ ਉਹਨਾਂ ਦਾ ਨਹੀਂ ਮੇਰੀ ਸਹੇਲੀ ਕੋਲ ਹੈਗਾ ਉਹਨੇ ਤਾਂ ਮੈਨੂੰ ਸਾਰਾ ਕੁਝ ਦੱਸਿਆ चल मैं पता करती हूँ टैली नू क्या तैयार हो जाऊगा हो
हेलो अमृत किन्ना नंबर दस्सिया सी घर दा पर एक गल आ यार फुफड़ ने तो बड़ी उच्ची मल मारी आ यार इत्थे तो बंगले ने बंगले वड्डे वड्डे घर ने यार तू घर पुछ कित्थे आ हां किन्ना नंबर सीगा 663 ठीक है बस असीं पहुंचण वाली आ अच्छा आही आ आही आ सामने भाई पीछे हो जाओ मैं खुश हो जाना चाह चढ़ जाना फुफड़ नू आज बैठो पता की है देखो मेरी गल खातर मेन व्याह करा पिया नाले मेरी गल सुनो हुण तुसी साडे कोले रहो पक्के रहो तुहाडी भूआ दा दिल ते तुहाडे फुफड़ दा घर बहुत वड्डा है हुण असीं पक्के रहांगे इत्थे तुहाडे कोल साडा घर भी छोटा सी थोड़ा जिहा मैं कहा गली कोई नी तुहाडे वास्ते जान भी हाजर है वड्डे वड्डे कमरे ने खाली पए ने उपर ऐ करो उपर तेरा कमरा इक तुसीं अपना कमरा ते तेरा कमरा ठीक है बारी वाला दवा दे ओ बारी वाला ले लै जा डार्लिंग इहनां नूं इहनां दे रूम दिखा दे ओके जी ओके डार्लिंग जी आओ आओ मेरे पुत कम ऑन कैली कम ऑन द मैन कम ऑन प्रीत चल आओ मेरे पुत अज तो बहुत खुशी वाला दिन है सियाने ने सच्ची कहा नौहां नालों मास कदे लग नहीं हुंदा इत्थे विशां दे विच सानू एक दूजे दी अद्धी मदद करनी चाहीदी है प्रीत पुत मैं सारा काम कर लेना सीगा ओहो बुआ जी कोई गल नहीं ओ चंगा नहीं लगदा मैनूं भी सारा दिन वेले 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 नाने मैनूं चंगा लगदा तुहाडी मदद करनी बुआ जी हां थैंक यू सो मच मैं डाले आज डाले नींद सौंदे ते आपदी नींद जागदे सी इत्थे आके तां बहुत थक है मुंडे भी हुण तां कम दे लगे वधिया कमाउण लगे ने दमन प्रीत आ गया हां जी फुफड़ जी ओ उहनां दी रात दी शिफ्ट है अज दी ओ लेट आउणगे आ तुहानूं दस्सां मैं की बनाया तुहाडे लई ओ मैनूं पता है तू तां बहुत वधिया बनांदी है बहुत वधिया अजे खुशबू बड़ी सोहणी आ रही है ए की बनाया मैं तुहाडा फेवरेट चिकन बनाया डार्लिंग ओ चिकन साहा मैसे
अपना अपना अंदर चल जाओ कोई ना। ਲੜਾਈਆਂ ਕਰਦੇ ਫਿਰਦੇ ਹੋ, 5 ਮਿੰਟ 'ਚ ਚੱਕ ਕੇ ਅਗਲੇ ਨੇ ਡਿਪੋਰਟ ਮਾਰ ਦੇਣਾ। ਕੰਜਰ ਦੇ ਕੁੱਤੇ ਨਲਾਇਕ, ਇੱਥੇ ਵੀ ਇਹਨਾਂ ਦੀ ਉਹੀ ਪੇਂਡੂ ਵਾਲੀਆਂ ਹਰਕਤਾਂ ਨੇਗੀਆਂ। ਹੈ ਉਹ ਜਾਨੂ ਪੱਪ ਦੇ ਵਿੱਚ ਜਾ ਕੇ ਸੜਿਓ, ਪਹਿਲਾਂ ਤਾਂ ਜਾਨੂ ਵਾਲੀ ਹਰਕਤਾਂ ਕਰਦੀ, ਬਾਅਦ 'ਚ ਮੇਰਾ ਸੋਲਾ ਦਾ ਸਨੀ ਦਿਓਲ ਬਣ ਗਿਆ ਗਧਾ ਸਾਲਾ। ਕੰਜਰ ਦਾ ਪੁੱਤ ਪੀਤੀ ਖਾਦੀ 'ਚ ਹੋ ਗਿਆ, ਪੀਤੀ ਖਾਦੀ 'ਚ ਸੜਿਓ, ਉੱਥੇ ਉੱਥੇ ਤੁਹਾਨੂੰ ਜੇ ਪੁਲਿਸ ਫੜ ਕੇ ਲੈ ਜਾਂਦੀ ਫੇਰ ਭਲਾ ਸਾਲੇ ਗਧੇ। ਐ ਪੁੱਛ ਵੀ ਹੋਇਆ ਕੀ ਨਹੀਂ, ਆ ਦੋਨਾਂ ਲਪੋਰਟ ਸੰਖਾਂ ਨੇ ਉਹ ਮਹਾ ਲਪੋਰਟ ਸੰਘ ਕੁੱਟਤਾ। ਵੈਰੀ ਰੋਂਗ, ਵੈਰੀ ਰੋਂਗ। ਹਾਂ ਬਹੁਤ ਗਲਤ ਕੀਤਾ ਫੁੱਫੜ ਜੀ, ਗਲਤ ਕਰਿਆ। ਐ ਕਰੋ ਟਿੰਡ ਫੋੜੀ ਚੱਕੋ, ਸਿੱਧਾ ਜਾਓ ਇੰਡੀਆ, ਤੁਸੀਂ ਇੱਥੇ ਯੋਗ ਨਹੀਂ ਹੈਗੇ ਰਹਿਣ ਦੇ, ਸਮਝ ਗਏ? ਬਾਪੂ ਜੀ ਗਲਤੀ ਹੋ ਗਈ, ਹੁਣ ਅਸੀਂ ਕੰਮ ਕਰਿਆ ਕਰਾਂਗੇ। ਬਾਪੂ ਜੀ ਆਉਣਾ ਹੀ ਫੜਾਂਗੇ, ਆਪਦੇ ਦਮ ਤੇ ਪੱਕੇ ਹੋ ਗਏ ਦਿਖਾਵਾਂਗੇ ਤੁਹਾਨੂੰ। ਠੀਕ ਹੈ, ਜੇ ਤੁਸੀਂ ਪੱਕੇ ਹੋ ਗਏ ਫਿਰ ਤੁਹਾਡਾ ਵਿਆਹ ਵੀ ਕਰਾਂਗੇ। ਹਾਂਜੀ ਅਸੀਂ ਵਿਆਹ ਪੰਜਾਬ ਜਾ ਕੇ ਕਰਾਂਗੇ, ਕਿਸੇ ਲੋੜਵੰਦ ਦੀ ਧੀ ਵਿਆਹ ਕੇ ਲਿਆਵਾਂਗੇ। ਹੁਣ ਇਹ ਜਿਹੜੀ ਫੈਮਿਲੀ ਹੈ ਦੇਸੀ ਫੈਮਿਲੀ ਯੂਕੇ ਦੀ ਨਹੀਂ, ਬਲੈਕੀ ਫੈਮਿਲੀ ਹੈ।